ਪਤਾ ਨਹੀਂ ਐਫ ਆਈ ਆਰ ਦਰਜ ਹੋ ਗਈ ਕੁ ਹੋਣੀ ਆ, ਇਹਦਾ ਕੀ ਬਣਨਾ, ਜਾਂ ਇਹ ਕਿਸ ਤਰੀਕੇ ਨਾਲ ਮੈਨੂੰ ਇਹਦੇ 'ਚ ਰਝਾਉਣ ਦੀ ਕੋਸ਼ਿਸ਼ ਕਰਨਗੇ। ਇਸ ਕਰਕੇ ਮੈਂ ਪਹਿਲਾਂ ਆਪਣਾ ਪੱਖ ਜਿਹੜਾ ਉਹ ਮੀਡੀਆ ਸਾਹਮਣੇ ਰੱਖਿਆ ਵੀ ਮੈਨੂੰ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਵੀ ਮੈਂ ਕਿੱਥੇ ਆਇਆ, ਮੈਂ ਕਿਹਨੂੰ ਸਾੜਨ ਦੀ ਧਮਕੀ ਦਿੱਤੀ ਆ, ਕਿਹਨੂੰ ਮਾਰਨ ਦੀ ਧਮਕੀ ਦਿੱਤੀ ਆ। ਮੈਂ ਕਹਿੰਦਾ ਮੈਂ ਇਹ ਜਿਹੜੀਆਂ ਗੱਲਾਂ ਕਰਦੇ ਨੇ ਕਿ ਲੱਖਾ ਸਾੜਨ ਦੀ ਧਮਕੀ ਦਿੰਦਾ ਜੀ, ਲੱਖਾ ਉੱਥੇ ਆਇਆ ਜੀ, ਹੁਣ ਇਹਦੀ ਕੋਈ ਪੜਤਾਲ ਹੋਊਗੀ, ਕੋਈ ਜਾਂਚ ਹੋਊਗੀ, ਜਾਂ ਇੱਕ ਇੱਕ ਲੁਕਵੇਂ ਰੂਪ ਚ ਕੋਈ ਐਫ ਆਈ ਆਰ ਦਰਜ ਕਰਕੇ ਰੱਖ ਲਈ ਜਾਊਗੀ ਵੀ ਲੋੜ ਪੈਣ ਤੇ। ਇਹ ਮੁੱਲਾਂਪੁਰ ਦਾ ਦੱਸਿਆ ਜਾ ਰਿਹਾ, ਲੁਧਿਆਣੇ ਦਾ ਜੋ ਇਹਦੇ ਚ ਆ ਰਿਹਾ, ਮੈਂ ਇਹ ਤੋਂ ਸੁਣਿਆ ਵੀ ਇਹਦੇ ਚ ਵੀ ਲੱਖੇ ਦੇ ਖਿਲਾਫ ਲੱਖਾ ਉੱਥੇ ਠੇਕੇਦਾਰਾਂ ਨੂੰ ਸਾੜਨ ਆਇਆ, ਧਮਕੀ ਦੇ ਕੇ ਗਿਆ, ਭੂ ਮਾਫੀਆ ਵੀ ਬਣਾਤਾ ਮੈਨੂੰ, ਜਿਵੇਂ ਪਹਿਲਾਂ ਸਮਗਲਰ ਬਣਾਉਣ ਦੀਆਂ ਕੋਸ਼ਿਸ਼ਾਂ, ਨਸ਼ਾ ਤਸਕਰ ਬਣਾਉਣ ਦੀਆਂ ਕੋਸ਼ਿਸ਼ਾਂ, ਹੁਣ ਭੂ ਮਾਫੀਆ ਨਾਲ ਜੋੜਤਾ, ਜਾਣੀ ਜੇ ਕਣਸ ਇਹ ਕਿੱਡਾ ਵੱਡਾ। ਮੈਂ ਮੀਡੀਆ ਨੂੰ ਕਹਿਣਾ ਚਾਹੁੰਦਾ, ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ ਕਿ ਇੱਕ ਬੰਦੇ ਦੀ ਛਵੀ, ਬੰਦਾ ਆਪਣੀ ਛਵੀ ਨੂੰ ਸੁਧਾਰਦਿਆਂ ਕਈ ਦਹਾਕੇ ਲੱਗ ਜਾਂਦੇ, ਕਿਤੇ ਉਮਰ ਲੰਘ ਜਾਂਦੀ ਆ। ਇੱਕ ਮਿੰਟ ਲਾਉਂਦੇ ਹੋ ਤੁਸੀਂ ਬੰਦੇ ਦੇ ਉੱਤੇ, ਇੱਕ ਇੰਨੇ ਚਰਚ ਅਟੈਕ ਕਰਦੇ ਨੂੰ ਵੀ ਇਹ ਬੰਦਾ ਗੈਂਗਸਟਰ ਆ ਜੀ। ਮੈਨੂੰ ਤਾਂ ਹੁਣ ਤੱਕ ਵੀ ਹੁਣ ਪਹਿਲਾਂ ਗੈਂਗਸਟਰ, ਹੁਣ ਸਾਬਕਾ ਗੈਂਗਸਟਰ ਕਹਿਣ ਲੱਗ ਗਏ। ਇਹ ਵੀ ਕੋਈ ਇਹ 'ਚ ਵੀ ਸਾਬਕਾ ਹੁੰਦੇ ਆ, ਮੈਂ ਤਾਂ ਹੈਰਾਨ ਇਸ ਗੱਲੋਂ। ਤਿੰਨ ਚੋਣਾਂ ਮੈਂ ਲੜ ਲਈਆਂ, ਦੋ ਵਿਧਾਨ ਸਭਾ ਦੀਆਂ, ਇੱਕ MP ਦੀ ਚੋਣ ਮੈਂ ਲੜੀ। ਪਰ ਅੱਛਾ ਫਤਵਾ ਵੀ ਸੋਹਣਾ ਮਿਲਿਆ, 84,000 ਵੋਟ ਵੀ ਲੋਕਾਂ, 84,000 ਬੰਦੇ ਨੇ ਤਾਂ ਫਤਵਾ ਦਿੱਤਾ ਨਾ ਮੇਰੇ ਹੱਕ 'ਚ। ਇਸ ਕਰਕੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੇ ਰੂਪ 'ਚ ਇਹ ਚੈਲੰਜ ਮੰਨ ਲਓ, ਚੁਣੌਤੀ ਮੰਨ ਲਓ ਵੀ ਇਹ ਵਾਰੀ ਵਾਰੀ ਦੇ ਯਾ ਬਣਾਉਣ ਵੇੜ ਨੂੰ ਮੈਨੂੰ ਚੱਕ ਕੇ ਇੱਕ ਵਾਰੀ ਕੋਈ NSA UAPA ਲਾ ਕੇ ਅੰਦਰ ਹੀ ਸਿੱਟ ਦਿਓ। ਤੂੰ ਕਦੇ ਕਿਸੇ ਤਰੀਕੇ ਨਾਲ ਮੈਨੂੰ ਘੇਰਨ ਦਾ ਯਤਨ ਕਰਦਾ, ਕਦੇ ਕਿਸੇ ਤਰੀਕੇ ਨਾਲ ਘੇਰਨ ਦਾ ਯਤਨ ਕਰਦਾ, ਜਾਂ ਮੇਰਾ ਕਸੂਰ ਕੱਢੋ। ਮੈਂ ਕਿੱਥੇ ਗਿਆ, ਮੈਂ ਕਿੱਥੇ ਕਿਸੇ ਨੂੰ ਸਾੜਨ ਗਿਆ, ਕਿਸੇ ਨੂੰ ਮਾਰਨ ਗਿਆ, ਕਿਸੇ ਨੂੰ ਧਮਕੀ ਦੇਣ ਗਿਆ, ਤੀਜੇ ਦਿਨ ਕੋਈ ਨਾ ਕੋਈ। ਪਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਕਿਸੇ ਤਰੀਕੇ ਨਾਲ ਇਹ ਬੁੱਢੇ ਦਰਿਆ ਵਾਲੇ ਮਸਲੇ ਦੇ ਕਰਕੇ ਮੈਨੂੰ ਇਹਨਾਂ ਨੂੰ ਕੋਸ਼ਿਸ਼ ਆ ਵੀ ਉਦੋਂ ਪਹਿਲਾਂ ਨੂੰ ਘੇਰਿਆ ਜਾਵੇ ਤੇ ਕੋਈ ਪਰਚਾ ਦਿੱਤਾ ਜਾਵੇ, ਇਹਨੂੰ ਦਬਾਇਆ ਜਾਵੇ, ਜੇਲ੍ਹ 'ਚ ਬੰਦ ਕੀਤਾ ਜਾਵੇ। ਨਾ ਕੁਛ ਤਾਂ ਮੈਂ ਕਹਿੰਦਾ, ਮੈਂ ਜਾਣਦਾ ਤੱਕ ਨਹੀਂ ਕਿਸੇ ਨੂੰ, ਕੌਣ ਸ਼ਿਕਾਇਤ ਕਰਤਾ, ਮੈਂ ਕੋਈ ਕੁਝ ਤਾਂ ਹੋਊਗਾ ਨਾ, ਕੁਛ ਤਾਂ ਹੋਊਗਾ, ਮੇਰੀ ਫੋਨ ਦੀ ਕੋਈ ਉਹਨਾਂ ਕੋਲ ਮੈਂ ਫੋਨ ਕੀਤਾ ਹੋਊ, ਕੋਈ ਮੇਰੀ ਲੋਕੇਸ਼ਨ ਹੋਊ ਉੱਥੋਂ ਦੀ, ਕੋਈ ਉੱਥੋਂ ਦੀ ਫੋਟੋ ਹੋਊ, ਕੋਈ ਵੀਡੀਓ, ਕੁਛ ਤਾਂ ਹੋਊ। ਐਨਾ ਕੱਲ ਨੂੰ ਕੋਈ ਵੀ ਉੱਠ ਕੇ ਕਹਿ ਦੇਗਾ ਵੀ ਲੱਖੇ ਨੇ ਬਲਾਤਕਾਰ ਕਰਤਾ ਜੀ, ਕੋਈ ਕੱਲ ਨੂੰ ਇੱਥੇ ਬੁੜੀ ਉੱਠ ਕੇ ਲਿਜਾਉਣ ਵਾਲਾ ਲੱਖੇ ਨੇ ਮੇਰੀ ਬਾਂਹ ਫੜ ਲਈ ਜੀ। ਘੱਟੋ ਘੱਟ ਮੈਂ ਕਹਿੰਦਾ ਮੀਡੀਆ ਦੇ ਵਿੱਚ ਗੱਲ ਚੱਲਣ ਤੋਂ ਪਹਿਲਾਂ ਇਹਦੀ ਪੜਤਾਲ ਤਾਂ ਹੋਣੀ ਚਾਹੀਦੀ ਹੈ। ਮੰਨ ਲਓ ਕੋਈ ਬੰਦਾ ਮੇਰੇ ਖਿਲਾਫ਼ ਜਾਂ ਕਿਸੇ ਬੰਦੇ ਦੇ ਖਿਲਾਫ਼ ਜਾ ਕੇ ਕੋਈ ਦਰਖਾਸਤ ਦਿੰਦਾ, ਕੋਈ ਅਰਜ਼ੀ ਦਿੰਦਾ, ਤਾਂ ਉਹਦੀ ਪੜਤਾਲ ਹੋਣ ਤੋਂ ਬਾਅਦ ਹੀ ਉਹ ਮੀਡੀਆ 'ਚ ਗੱਲ ਹੋਣੀ ਚਾਹੀਦੀ ਭਾਈ ਆਹ ਦਰਖਾਸਤ ਆ, ਇਹ ਪੜਤਾਲ ਹੋਈ, ਇਹ ਫਲਾਣੇ ਫਲਾਣੇ ਬੰਦੇ ਪਾਏ ਗਏ ਆ। ਹੁਣ ਇਹ ਪਤਾ ਨਹੀਂ ਐਫ ਆਈ ਆਰ ਹੋਊਗੀ, ਹੋਣੀ ਆ, ਕਿਤੇ ਕਿਤੇ ਹੋਣੀ ਹੈ ਪਤਾ ਨਹੀਂ, ਪਰ ਇਹ ਦੱਸਿਆ ਜਾ ਰਿਹਾ ਵੀ DGP ਨੇ ਆਪਣੇ ਗ੍ਰਹਿ ਵਿਭਾਗ ਵੱਲੋਂ ਜਿਹੜਾ ਨਿਰਦੇਸ਼ ਜਾਰੀ ਹੋ ਗਿਆ, DGP ਨੂੰ ਇਹਦੇ ਕਾਰਵਾਈ ਕਰੋ, ਇਹਦੇ ਪਰਚੇ ਦੇ ਪਰਚਾ ਦੇ ਦਿਓ ਇਹ ਮਸਲੇ 'ਤੇ। ਇਹ ਮਸਲਾ ਹੈ ਕਿ ਕਿਹਦੇ ਨਾਲ ਜੁੜਿਆ, ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਵੀ ਚਾਕੇ ਨਾਲ ਲਿਜਾ ਦੇਣਗੇ, ਇੱਥੇ ਕਿਹੜਾ ਫਿਰ ਕਾਨੂੰਨ ਆ, ਕਿਹੜਾ ਇਨਸਾਫ਼ ਆ। ਆਮ ਤੌਰ 'ਤੇ ਭਗਵੰਤ ਮਾਨ ਨੇ ਗੱਲਾਂ ਕਰਦਾ ਰਿਹਾ ਵੀ ਇੱਥੇ ਅਸੀਂ ਇਨਸਾਫ਼ ਦੀ ਗੱਲ ਕਰਾਂਗੇ, ਅਸੀਂ ਕਿਸੇ ਨਾਲ ਵਧੀਕੀ ਨਹੀਂ ਕਰਾਂਗੇ, ਜਾਤੀ ਨਹੀਂ ਕਰਾਂਗੇ, ਧੱਕਾ ਨਹੀਂ ਕਰਾਂਗੇ, ਕੋਈ ਨਜਾਇਜ਼ ਪਰਚਾ ਨਹੀਂ ਹੋਵਾਂਗੇ। ਆਹ ਮੇਰੇ ਨਾਲ ਕਈ ਵਾਰੀ ਹੋ ਗਈ, ਪੁਰਾਣੇ ਪਰਚੇ ਮੇਰੇ, ਜਿਹੜੇ ਮੇਰੇ ਪਰਚਿਆਂ ਦੇ ਵਿੱਚ ਮੇਰੀਆਂ ਕੈਂਸਲੇਸ਼ਨਾਂ ਭਰੀਆਂ ਗਈਆਂ, ਰੱਦ ਹੋ ਚੁੱਕੇ ਆ, ਖਰਾਜ ਰਿਪੋਰਟਾਂ ਭਰੀਆਂ ਗਈਆਂ ਥਾਣਿਆਂ ਵੱਲੋਂ, 2 ਕੋਰਟ ਹੋ ਗਏ, ਅਦਾਲਤਾਂ 'ਚ ਚਲਾਨ ਪੇਸ਼ ਹੋ ਗਏ, ਉਹਨਾਂ ਪਰਚਿਆਂ ਨੂੰ ਇਹਨਾਂ ਨੇ ਰੀਇਨਵੈਸਟੀਗੇਸ਼ਨ ਕਰਨ ਦੇ ਚੱਕਰ 'ਚ ਦੁਬਾਰਾ ਚਲਾਨ ਦੇ ਤੇ ਮੇਰੇ ਪਰਚਿਆਂ 'ਚ। ਪਤਾ ਨਹੀਂ FIR ਦਰਜ ਹੋ ਗਈ ਕੁ ਹੋਣੀ ਆ, ਇਹਦਾ ਕੀ ਬਣਨਾ,
ਜਾਂ ਇਹ ਕਿਸ ਤਰੀਕੇ ਨਾਲ ਮੈਨੂੰ ਇਹਦੇ 'ਚ ਰਝਾਉਣ ਦੀ ਕੋਸ਼ਿਸ਼ ਕਰਨਗੇ। ਇਸ ਕਰਕੇ ਮੈਂ ਪਹਿਲਾਂ ਆਪਣਾ ਪੱਖ ਜਿਹੜਾ ਉਹ ਮੀਡੀਆ ਸਾਹਮਣੇ ਰੱਖਿਆ ਵੀ ਮੈਨੂੰ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਵੀ ਮੈਂ ਕਿੱਥੇ ਆਇਆ, ਮੈਂ ਕਿਹਨੂੰ ਸਾੜਨ ਦੀ ਧਮਕੀ ਦਿੱਤੀ ਆ, ਕਿਹਨੂੰ ਮਾਰਨ ਦੀ ਧਮਕੀ ਦਿੱਤੀ ਆ। ਮੈਂ ਕਹਿੰਦਾ ਮੈਂ ਇਹ ਜਿਹੜੀਆਂ ਗੱਲਾਂ ਕਰਦੇ ਨੇ ਕਿ ਲੱਖਾ ਸਾੜਨ ਦੀ ਧਮਕੀ ਦਿੰਦਾ ਜੀ, ਲੱਖਾ ਉੱਥੇ ਆਇਆ ਜੀ, ਹੁਣ ਇਹਦੀ ਕੋਈ ਪੜਤਾਲ ਹੋਊਗੀ, ਕੋਈ ਜਾਂਚ ਹੋਊਗੀ ਜਾਂ ਇੱਕ ਇੱਕ ਲੁਕਵੇਂ ਰੂਪ ਚ ਕੋਈ FIR ਦਰਜ ਕਰਕੇ ਰੱਖ ਲਈ ਜਾਊਗੀ ਵੀ ਲੋੜ ਪੈਣ ਤੇ। ਇਹ ਮੁੱਲਾਂਪੁਰ ਦਾ ਦੱਸਿਆ ਜਾ ਰਿਹਾ, ਲੁਧਿਆਣੇ ਦਾ ਜੋ ਇਹਦੇ ਚ ਆ ਰਿਹਾ, ਮੈਂ ਇਹ ਤੋਂ ਸੁਣਿਆ ਵੀ ਇਹਦੇ ਚ ਵੀ ਲੱਖੇ ਦੇ ਖਿਲਾਫ ਲੱਖਾ ਉੱਥੇ ਠੇਕੇਦਾਰਾਂ ਨੂੰ ਸਾੜਨ ਆਇਆ, ਧਮਕੀ ਦੇ ਕੇ ਗਿਆ, ਭੂ ਮਾਫੀਆ ਵੀ ਬਣਾਤਾ ਮੈਨੂੰ, ਜਿਵੇਂ ਪਹਿਲਾਂ ਸਮਗਲਰ ਬਣਾਉਣ ਦੀਆਂ ਕੋਸ਼ਿਸ਼ਾਂ, ਨਸ਼ਾ ਤਸਕਰ ਬਣਾਉਣ ਦੀਆਂ ਕੋਸ਼ਿਸ਼ਾਂ, ਹੁਣ ਭੂ ਮਾਫੀਆ ਨਾਲ ਜੋੜਤਾ, ਜਾਣੀ ਜੇ ਕਣਸ ਇਹ ਕਿੱਡਾ ਵੱਡਾ। ਮੈਂ ਮੀਡੀਆ ਨੂੰ ਕਹਿਣਾ ਚਾਹੁੰਦਾ, ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ ਕਿ ਇੱਕ ਬੰਦੇ ਦੀ ਛਵੀ, ਬੰਦਾ ਆਪਣੀ ਛਵੀ ਨੂੰ ਸੁਧਾਰਦਿਆਂ ਸੁਧਾਰਦਿਆਂ ਕਈ ਦਹਾਕੇ ਲੱਗ ਜਾਂਦੇ, ਕਿਤੇ ਉਮਰ ਲੰਘ ਜਾਂਦੀ ਆ। ਇੱਕ ਮਿੰਟ ਲਾਉਂਦੇ ਹੋ ਤੁਸੀਂ ਬੰਦੇ ਦੇ ਉੱਤੇ, ਇੱਕ ਇੰਨੇ ਚਰਚ ਅਟੈਕ ਕਰਦੇ ਨੂੰ ਵੀ ਇਹ ਬੰਦਾ ਗੈਂਗਸਟਰ ਆ ਜੀ। ਮੈਨੂੰ ਤਾਂ ਹੁਣ ਤੱਕ ਵੀ ਹੁਣ ਪਹਿਲਾਂ ਗੈਂਗਸਟਰ, ਹੁਣ ਸਾਬਕਾ ਗੈਂਗਸਟਰ ਕਹਿਣ ਲੱਗ ਗਏ। ਇਹ ਵੀ ਕੋਈ ਇਹ 'ਚ ਵੀ ਸਾਬਕਾ ਹੁੰਦੇ ਆ, ਮੈਂ ਤਾਂ ਹੈਰਾਨ ਇਸ ਗੱਲੋਂ। ਤਿੰਨ ਚੋਣਾਂ ਮੈਂ ਲੜ ਲਈਆਂ, ਦੋ ਵਿਧਾਨ ਸਭਾ ਦੀਆਂ, ਇੱਕ MP ਦੀ ਚੋਣ ਮੈਂ ਲੜੀ ਆ। ਪਰ ਅੱਛਾ ਫਤਵਾ ਵੀ ਸੋਹਣਾ ਮਿਲਿਆ, 84,000 ਵੋਟ ਵੀ ਲੋਕਾਂ, 84,000 ਬੰਦੇ ਨੇ ਤਾਂ ਫਤਵਾ ਦਿੱਤਾ ਨਾ ਮੇਰੇ ਹੱਕ 'ਚ। ਇਸ ਕਰਕੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੇ ਰੂਪ 'ਚ ਇਹ ਚੈਲੰਜ ਮੰਨ ਲਓ, ਚੁਣੌਤੀ ਮੰਨ ਲਓ ਵੀ ਇਹ ਵਾਰੀ ਵਾਰੀ ਦੇ ਜਾਂ ਬਣਾਉਣ ਵੇੜ ਨੂੰ ਮੈਨੂੰ ਚੱਕ ਕੇ ਇੱਕ ਵਾਰੀ ਕੋਈ NS-UAPA ਲਾ ਕੇ ਅੰਦਰ ਹੀ ਸਿੱਟ ਦਿਓ। ਤੂੰ ਕਦੇ ਕਿਸੇ ਤਰੀਕੇ ਨਾਲ ਮੈਨੂੰ ਘੇਰਨ ਦਾ ਯਤਨ ਕਰਦਾ, ਕਦੇ ਕਿਸੇ ਤਰੀਕੇ ਨਾਲ ਘੇਰਨ ਦਾ ਯਤਨ ਕਰਦਾ, ਜਾਂ ਮੇਰਾ ਕਸੂਰ ਕੱਢੋ। ਮੈਂ ਕਿੱਥੇ ਗਿਆ, ਮੈਂ ਕਿੱਥੇ ਕਿਸੇ ਨੂੰ ਸਾੜਨ ਗਿਆ, ਕਿਸੇ ਨੂੰ ਮਾਰਨ ਗਿਆ, ਕਿਸੇ ਨੂੰ ਧਮਕੀ ਦੇਣ ਗਿਆ, ਤੀਜੇ ਦਿਨ ਕੋਈ ਨਾ ਕੋਈ। ਪਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਕਿਸੇ ਤਰੀਕੇ ਨਾਲ ਇਹ ਬੁੱਢੇ ਦਰਿਆ ਵਾਲੇ ਮਸਲੇ ਦੇ ਕਰਕੇ ਮੈਨੂੰ ਇਹਨਾਂ ਨੂੰ ਕੋਸ਼ਿਸ਼ ਆ ਵੀ ਉਦੋਂ ਪਹਿਲਾਂ ਨੂੰ ਘੇਰਿਆ ਜਾਵੇ ਤੇ ਕੋਈ ਪਰਚਾ ਦਿੱਤਾ ਜਾਵੇ, ਇਹਨੂੰ ਦਬਾਇਆ ਜਾਵੇ, ਜੇਲ੍ਹ 'ਚ ਬੰਦ ਕੀਤਾ ਜਾਵੇ। ਨਾ ਕੁਛ ਤਾਂ ਮੈਂ ਕਹਿੰਦਾ, ਮੈਂ ਜਾਣਦਾ ਤੱਕ ਨੀ ਕਿਸੇ ਨੂੰ ਕੌਣ ਸ਼ਿਕਾਇਤ ਕਰਤਾ। ਮੈਂ ਕੋਈ ਤਾਂ ਹੋਊਗਾ ਨਾ, ਕੁਛ ਤਾਂ ਹੋਊਗਾ, ਮੇਰੀ ਫੋਨ ਦੀ ਕੋਈ ਉਹਨਾਂ ਕੋਲ ਮੈਂ ਫੋਨ ਕੀਤਾ ਹੋਊ, ਕੋਈ ਮੇਰੀ ਲੋਕੇਸ਼ਨ ਹੋਊ ਉੱਥੋਂ ਦੀ, ਕੋਈ ਉੱਥੋਂ ਦੀ ਫੋਟੋ ਹੋਊ, ਕੋਈ ਵੀਡੀਓ, ਕੁਛ ਤਾਂ ਹੋਊ। ਐਨਾ ਕੱਲ ਨੂੰ ਕੋਈ ਵੀ ਉੱਠ ਕੇ ਕਹਿ ਦੇਗਾ ਵੀ ਲੱਖੇ ਨੇ ਬਲਾਤਕਾਰ ਕਰਤਾ ਜੀ, ਕੋਈ ਕੱਲ ਨੂੰ ਇੱਥੇ ਬੁੜੀ ਉੱਠ ਕੇ ਲਿਜਾਉਣ ਵਾਲਾ ਲੱਖੇ ਨੇ ਮੇਰੀ ਬਾਂਹ ਫੜ ਲਈ ਜੀ। ਘੱਟੋ ਘੱਟ ਮੈਂ ਕਹਿੰਦਾ ਮੀਡੀਆ ਦੇ ਵਿੱਚ ਗੱਲ ਚੱਲਣ ਤੋਂ ਪਹਿਲਾਂ ਇਹਦੀ ਪੜਤਾਲ ਤਾਂ ਹੋਣੀ ਚਾਹੀਦੀ ਹੈ। ਮੰਨ ਲਓ ਕੋਈ ਬੰਦਾ ਮੇਰੇ ਖਿਲਾਫ਼ ਜਾਂ ਕਿਸੇ ਬੰਦੇ ਦੇ ਖਿਲਾਫ਼ ਜਾ ਕੇ ਕੋਈ ਦਰਖਾਸਤ ਦਿੰਦਾ, ਕੋਈ ਅਰਜ਼ੀ ਦਿੰਦਾ, ਤਾਂ ਉਹਦੀ ਪੜਤਾਲ ਹੋਣ ਤੋਂ ਬਾਅਦ ਹੀ ਉਹ ਮੀਡੀਆ 'ਚ ਗੱਲ ਹੋਣੀ ਚਾਹੀਦੀ ਭਾਈ ਆਹ ਦਰਖਾਸਤ ਆ, ਇਹ ਪੜਤਾਲ ਹੋਈ, ਇਹ ਫਲਾਣੇ ਫਲਾਣੇ ਬੰਦੇ ਪਾਏ ਗਏ ਆ। ਹੁਣ ਇਹ ਪਤਾ ਨਹੀਂ FIR ਹੋਗੀ ਹੋਣੀ ਆ, ਕਿਤੇ ਕਿਤੇ ਹੋਣੀ ਹੈ ਪਤਾ ਨਹੀਂ, ਪਰ ਇਹ ਦੱਸਿਆ ਜਾ ਰਿਹਾ ਵੀ DGP ਨੇ ਆਪਣੇ ਗ੍ਰਹਿ ਵਿਭਾਗ ਵੱਲੋਂ ਜਿਹੜਾ ਨਿਰਦੇਸ਼ ਜਾਰੀ ਹੋ ਗਿਆ, DGP ਨੂੰ ਇਹਦੇ ਕਾਰਵਾਈ ਕਰੋ, ਇਹਦੇ ਪਰਚੇ ਦੇ ਪਰਚਾ ਦੇ ਦਿਓ ਇਹ ਮਸਲੇ 'ਤੇ। ਇਹ ਮਸਲਾ ਹੈ ਕਿ ਕਿਹਦੇ ਨਾਲ ਜੁੜਿਆ, ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਵੀ ਚਾਕੇ ਨਾਲ ਲਿਜਾ ਦੇਣਗੇ, ਇੱਥੇ ਕਿਹੜਾ ਫਿਰ ਕਾਨੂੰਨ ਆ, ਕਿਹੜਾ ਇਨਸਾਫ਼ ਆ। ਆਮ ਤੌਰ 'ਤੇ ਭਗਵੰਤ ਮਾਨ ਨੇ ਗੱਲਾਂ ਕਰਦਾ ਰਿਹਾ ਵੀ ਇੱਥੇ ਅਸੀਂ ਇਨਸਾਫ਼ ਦੀ ਗੱਲ ਕਰਾਂਗੇ, ਅਸੀਂ ਕਿਸੇ ਨਾਲ ਵਧੀਕੀ ਨਹੀਂ ਕਰਾਂਗੇ, ਜਾਤੀ ਨਹੀਂ ਕਰਾਂਗੇ, ਧੱਕਾ ਨਹੀਂ ਕਰਾਂਗੇ, ਕੋਈ ਨਜਾਇਜ਼ ਪਰਚਾ ਨਹੀਂ ਹੋਵਾਂਗੇ। ਆਹ ਮੇਰੇ ਨਾਲ ਕਈ ਵਾਰੀ ਹੋ ਗਈ, ਪੁਰਾਣੇ ਪਰਚੇ ਮੇਰੇ, ਜਿਹੜੇ ਮੇਰੇ ਪਰਚਿਆਂ ਦੇ ਵਿੱਚ ਮੇਰੀਆਂ ਕੈਂਸਲੇਸ਼ਨਾਂ ਭਰੀਆਂ ਗਈਆਂ, ਰੱਦ ਹੋ ਚੁੱਕੇ ਆ, ਖਰਾਜ ਰਿਪੋਰਟਾਂ ਭਰੀਆਂ ਗਈਆਂ ਥਾਣਿਆਂ ਵੱਲੋਂ, 2 ਕੋਰਟ ਹੋ ਗਏ, ਅਦਾਲਤਾਂ 'ਚ ਚਲਾਨ ਪੇਸ਼ ਹੋ ਗਏ, ਉਹਨਾਂ ਪਰਚਿਆਂ ਨੂੰ ਇਹਨਾਂ ਨੇ ਰੀਇਨਵੈਸਟੀਗੇਸ਼ਨ ਕਰਨ ਦੇ ਚੱਕਰ 'ਚ ਦੁਬਾਰਾ ਚਲਾਨ ਦੇ ਤੇ ਮੇਰੇ ਪਰਚਿਆਂ 'ਚ।